ਸਾਈਡ ਤੋਂ ਚਲੋ। ਸੋ ਇਹ ਹੈਗਾ ਜੀ ਗੋਲੀਵਰ ਲੈਨ। ਹੁਣ ਨਾ ਜੈਲੀ ਨੇ ਮੇਰੇ ਨਾਲ ਪ੍ਰੈਂਕ ਕੀਤਾ, ਪਤਾ ਕੀ ਆ ਨਾ ਇੱਥੇ ਕਛੂਏ ਬਣਾਏ ਆ ਨਕਲ। ਇਹ ਅੱਗ ਮਜ਼ੇ ਲੈਂਦਾ। ਕਲਿੱਪ ਲਾਏ ਹੋਏ ਆ ਤੁਸੀਂ ਤੇ। ਹੇ ਐਵਰੀਵਨ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਕਿਵੇਂ ਆ ਸਾਰੇ ਜਣੇ? ਉਮੀਦ ਆ ਸਾਰੇ ਜਣੇ ਠੀਕ ਹੋਵੋਗੇ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਵਿੱਚ। ਅਤੇ ਤੁਸੀਂ ਸਾਡੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ, ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਥੈਂਕ ਯੂ। ਸੋ ਇਸੇ ਕੜੀ ਦੇ ਵਿੱਚ ਆਪਾਂ ਤੁਹਾਨੂੰ ਇੱਕ ਨਵੀਂ ਜਗ੍ਹਾ 'ਤੇ ਲੈ ਕੇ ਚੱਲੇ ਹਾਂ। ਅਤੇ ਆਪਾਂ ਲੈ ਕੇ ਜਾ ਰਹੇ ਹਾਂ ਜੀ ਅੱਜ ਤੁਹਾਨੂੰ ਵਿਲੇਨ ਲੇਕ, ਮਿਲਟਨ ਕੀਨਸ। ਸੋ ਆ ਜਾਓ, ਚਲੋ ਆਪ ਸਾਡੇ ਨਾਲ ਚਲੋ, ਇੰਜੋਏ ਕਰੋ। ਅਤੇ ਹੋਪ ਤੁਸੀਂ ਵਲੌਗ ਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਜਾ ਕੇ ਇਸੇ ਜਗ੍ਹਾ 'ਤੇ ਤੁਸੀਂ ਵੀ ਇੰਜੋਏ ਕਰਿਓ। ਬਹੁਤ ਸੋਹਣੀ ਲੋਕੇਸ਼ਨ ਆ ਅਤੇ ਆਪਾਂ ਨੂੰ ਤਕਰੀਬਨ ਲੱਗਣਾ ਇੱਕ ਡੇਢ ਘੰਟਾ ਜਾਣ ਨੂੰ। ਮਿਲਦੇ ਹਾਂ ਆਪਾਂ ਤੁਹਾਨੂੰ ਉੱਥੇ ਜਾ ਕੇ। ਥੈਂਕ ਯੂ। ਪਾਰਕਿੰਗ ਸਾਨੂੰ ਮਿਲ ਗਈ ਆ ਅਤੇ ਪਾਰਕਿੰਗ ਸਾਨੂੰ ਬੜੀ ਵਧੀਆ ਜਗ੍ਹਾ 'ਤੇ ਮਿਲ ਗਈ ਆ। ਬਿਲਕੁਲ ਹੀ ਛਾਂ 'ਚ ਆਪਾਂ ਆਪਣੀ ਗੱਡੀ ਲਾਈ ਆ ਕਿਉਂਕਿ ਧੁੱਪ ਬਹੁਤ ਜ਼ਿਆਦਾ ਆ ਅਤੇ ਜਦੋਂ ਗੱਡੀ ਧੁੱਪ 'ਚ ਲਾਈ ਹੋਵੇ ਨਾ ਤਾਂ ਇੰਨੀ ਜ਼ਿਆਦਾ ਗਰਮੀ ਅੰਦਰ ਹੋ ਜਾਂਦੀ ਆ ਨਾ, ਪੂਰਾ ਗੱਡੀ ਤਪ ਜਾਂਦੀ ਆ ਅਤੇ ਫਿਰ ਬੱਚੇ ਦੇ ਨਾਲ ਬਹੁਤ ਟਫ ਹੁੰਦਾ ਆ। ਸੋ ਇਸ ਕਰਕੇ ਛਾਂ 'ਚ ਲਾਈ ਆ ਗੱਡੀ ਤਾਂ ਕਿ ਜਦੋਂ ਸਾਨੂੰ ਵਾਪਸ ਜਾਣਾ ਪਏ ਤਾਂ ਸਾਡੇ ਲਈ ਈਜ਼ੀ ਹੋਵੇ, ਆਰਾਮ ਨਾਲ ਬੈਠ ਕੇ ਇੰਜੋਏ ਕਰ ਸਕਦੇ ਆ। ਨਹੀਂ ਉਸ ਤੋਂ ਪਹਿਲਾਂ ਤਾਂ ਸਾਨੂੰ ਗੱਡੀ ਖੋਲ੍ਹਣੀ ਪੈਂਦੀ ਆ। ਕੋਈ ਨਾ, ਹਸਬੈਂਡ ਆਪਣੀ ਵਾਈਫ ਕੇ ਲਈ ਮਤਲਬ ਡੋਰ ਖੋਲਦਾ ਆ ਤੇ ਮੈਂ ਨਾ ਵਾਈਫ ਆਪਣੇ ਹਸਬੈਂਡ ਕੇ ਲਈ ਡੋਰ ਖੋਲ ਰਹੀ ਹਾਂ। ਥੈਂਕ ਯੂ, ਵੈਲਕਮ ਜੀ। ਆਪਾਂ ਅਗਮ ਨੂੰ ਕੱਢ ਲਿਆ ਆ, ਸਮਾਨ ਵੀ ਆਪਣਾ ਕੱਢ ਲਿਆ ਏ ਤੇ ਹੁਣ ਆਪਾਂ ਚੱਲਦੇ ਆ। ਮੌਸਮ ਅੱਜ ਬਹੁਤ ਸੋਹਣਾ ਹੋਇਆ ਆ। ਪਾਰਕਿੰਗ ਵੀ ਮੈਨੂੰ ਬੜੀ ਸੋਹਣੀ ਲੱਗੀ ਇੱਥੇ ਨਾ। ਹਾਂ, ਫ੍ਰੀ ਪਾਰਕਿੰਗ। ਅੱਛਾ, ਫ੍ਰੀ ਪਾਰਕਿੰਗ ਏ। ਪਹਿਲੀ ਗੱਲ ਤਾਂ ਜੀ ਇਹ ਆ ਕਿ ਫ੍ਰੀ ਪਾਰਕਿੰਗ ਆ, ਠੀਕ ਹੈ, ਤੁਸੀਂ ਜਿੰਨਾ ਮਰਜ਼ੀ ਟਾਈਮ ਇੱਥੇ ਗੱਡੀ ਲਾ ਕੇ ਜਾ ਸਕਦੇ ਹੋ। ਤੁਹਾਨੂੰ 6 ਵਜੇ ਬੰਦ ਹੁੰਦੀਆਂ ਨੇ ਸਾਰੀਆਂ। ਹਾਂ, ਪਹਿਲਾਂ ਤੁਸੀਂ ਠੀਕ ਹੈ, ਸ਼ਾਮ ਦੇ 6 ਵਜੇ ਤੱਕ 7 ਵਜੇ ਤੱਕ ਨਾ ਫ੍ਰੀ ਆ ਪਾਰਕਿੰਗ ਤੇ ਤੁਸੀਂ ਫ੍ਰੀ ਗੱਡੀ ਲਾ ਕੇ ਜਿੰਨਾ ਮਰਜ਼ੀ ਜਿੱਦਾਂ ਮਰਜ਼ੀ ਘੁੰਮ ਸਕਦੇ ਹੋ, ਠੀਕ ਹੈ। ਦੂਜੀ ਗੱਲ ਇਹ ਆ ਵੀ ਵੈਦਰ ਬਹੁਤ ਸੋਹਣਾ ਆ ਅਤੇ ਪਾਰਕਿੰਗ ਪਾਰਕ ਹੀ ਨਾ ਇੱਦਾਂ ਪਾਰਕ ਟਾਈਪ ਲੱਗ ਰਹੀ ਆ ਇਹ ਪਾਰਕਿੰਗ ਵੀ ਜਿੱਦਾਂ ਪਾਰਕ ਹੁੰਦੀਆਂ ਨੇ। ਸੋ ਮੇਰੇ ਵੱਲੋਂ ਤੁਹਾਡੇ ਲਈ ਇੱਕ ਐਡਵਾਈਸ ਵੀ ਹੋਊਗੀ ਕਿ ਜੇ ਤੁਸੀਂ ਬੱਚੇ ਦੇ ਨਾਲ ਆ ਰਹੇ ਹੋ ਨਾ ਤਾਂ ਉਹਦਾ ਨਾ ਜਿੱਦਾਂ ਖਾਣ ਪੀਣ ਦਾ ਸਮਾਨ ਲੈ ਕੇ ਆਇਓ। ਦੁੱਧ ਤਾਂ ਜ਼ਰੂਰ ਲੈ ਕੇ ਆਓ, ਬਟ ਜੇ ਤੁਹਾਡਾ ਬੱਚਾ ਜਿੱਦਾਂ ਮੇਰਾ ਬੇਬੀ 1.5 ਸਾਲ ਦਾ ਆ ਤਾਂ ਉਹਦੇ ਲਈ ਮੈਂ ਕੁਛ ਨਾ ਕੁਛ ਘਰੋਂ ਬਣਾ ਕੇ ਲਿਆਉਂਦੀ ਹਾਂ, ਜਾਂ ਤਾਂ ਮੈਂ ਰੋਟੀ ਬਣਾ ਲਿਆਵਾਂ ਜਾਂ ਫਿਰ ਮੈਂ ਚੌਲ ਵਗੈਰਾ ਜਾਂ ਖਿਚੜੀ ਵਗੈਰਾ ਬਣਾ ਕੇ ਲਿਆਉਂਦੀ ਹਾਂ। ਉਸ ਤੋਂ ਇਲਾਵਾ ਮੈਂ ਫਰੂਟ ਲੈ ਕੇ ਆਉਂਦੀ ਹਾਂ ਇਹਦੇ ਲਈ ਅਤੇ ਪਾਣੀ ਦੀ ਬੋਟਲ ਅਤੇ ਦੁੱਧ, ਠੀਕ ਹੈ, ਨੈਪੀਆਂ, ਵਾਈਪਸ, ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਨਾਲ ਲੈ ਕੇ ਚਲੋ, ਨੈਪੀ ਬੈਗ ਵਗੈਰਾ, ਜੋ ਕਿ ਤੁਹਾਡੇ ਲਈ ਵਧੀਆ ਹੋਊਗਾ। ਫਿਰ ਤੁਸੀਂ ਆਰਾਮ ਨਾਲ ਆਪਣਾ ਦਿਨ ਸਪੈਂਡ ਕਰ ਸਕਦੇ ਹੋ ਜਿੰਨਾ ਮਰਜ਼ੀ ਟਾਈਮ ਹੋ ਜੇ, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਆਪਾਂ ਆਏ ਹਾਂ, ਜਿੱਦਾਂ ਕਿ ਤੁਹਾਨੂੰ ਪਤਾ ਹੋਵੇ ਸ਼ਾਇਦ, ਜਾਂ ਜੇ ਨਹੀਂ ਪਤਾ ਹੈਗਾ ਆਪਾਂ ਦੱਸ ਦਿੰਦੇ ਹਾਂ ਕਿ ਵਿਲੇਨ ਲੇਕ ਹੈ ਨਾ, ਇਹ ਕਾਫੀ ਪਾਰਟਸ ਵਿੱਚ ਡਿਵਾਈਡ ਕੀਤੀ ਹੋਈ ਹੈ।
ਇੱਕ ਪਾਰਟ ਇਹਦਾ ਹੈਗਾ ਜੀ ਗੁਲੀਵਰਸ ਲੈਂਡ। ਸੋ ਆਪਾਂ ਸਭ ਤੋਂ ਪਹਿਲਾਂ ਆਪਣੀ ਸਟਾਰਟ ਕਰਦੇ ਹਾਂ ਗੁਲੀਵਰਸ ਲੈਂਡ ਤੋਂ। ਚਲੋ ਅੰਦਰ ਚਲਦੇ ਹਾਂ ਅਤੇ ਸੋ ਇਹ ਹੈਗਾ ਜੀ ਗੋਲੀਵਰ ਲੈਂਡ, ਬਾਹਰੋਂ ਤੁਸੀਂ ਦੇਖ ਸਕਦੇ ਹੋ। ਸੋ ਆਪਾਂ ਜਿਹੜੀ ਜਗ੍ਹਾ 'ਤੇ ਗਏ ਸੀ ਗੋਲੀਵਰ ਲੈਂਡ, ਉੱਥੇ ਆਪਾਂ ਐਂਟਰੀ ਨਹੀਂ ਕੀਤੀ ਕਿਉਂਕਿ ਆਪਣਾ ਬੇਬੀ ਛੋਟਾ ਹੈਗਾ ਜੀ, ਇਹਦੀ 90 ਸੈਂਟੀਮੀਟਰ ਤੋਂ ਹਾਈਟ ਅਜੇ ਘੱਟ ਹੈ। ਇਸ ਕਰਕੇ ਅੰਦਰ ਜਾ ਤਾਂ ਸਕਦੇ ਸੀ ਬਟ ਇਹ ਕੋਈ ਰਾਈਡ ਨਹੀਂ ਸੀ ਲੈ ਸਕਦਾ। ਏਜ ਵੀ ਘੱਟ ਹੈ ਨਾ, 2 ਸਾਲ ਏਜ ਹੋਣੀ ਚਾਹੀਦੀ ਮਿਨੀਮਮ, ਬਟ ਇਹ ਹਜੇ 1.5 ਸਾਲ ਦਾ ਵੀ ਨਹੀਂ ਹੋਇਆ। ਇਸ ਕਰਕੇ ਆਪਾਂ ਉਹਦੇ ਅੰਦਰ ਨਹੀਂ ਗਏ, ਪਰ ਆਪਾਂ ਉਹਨਾਂ ਨੂੰ ਟਿਕਟ ਵਗੈਰਾ ਤੁਹਾਨੂੰ ਦੱਸ ਦਿੰਦੇ ਹਾਂ। ਹਾਂਜੀ, ਪਰ ਹੈਡ 28 ਪਾਊਂਡ ਟਿਕਟ ਹੈਗੀ ਹੈ, 2 ਅਡਲਟਸ ਦੀ 56 ਪਾਊਂਡ ਦੀ ਟਿਕਟ ਹੈ। ਤੇ ਬਟ ਅੰਦਰੋਂ ਬਹੁਤ ਜ਼ਿਆਦਾ ਸੋਹਣਾ ਆ, ਜੇ ਅਸੀਂ ਅੰਦਰੋਂ ਜਾਂਦੇ ਤਾਂ ਦਿਖਾਉਂਦੇ ਬਟ ਸਾਨੂੰ ਨਹੀਂ ਲੱਗਾ। ਹਾਂ ਬਹੁਤ ਵਧੀਆ ਲੱਗਾ। ਹਾਂ ਬਟ ਅਸੀਂ ਬੇਬੀ ਕਰਕੇ ਜਾ ਨਹੀਂ ਸਕੇ, ਪਰ ਬੇਬੀ ਛੋਟਾ ਹੈ ਨਾ ਮੇਰਾ, ਤਾਂ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਵੀ ਤੁਹਾਡਾ ਬੇਬੀ ਛੋਟਾ ਆ, ਕੋਈ ਰਾਈਡ ਨਹੀਂ ਲੈ ਸਕਦਾ, ਕੋਈ ਫਾਇਦਾ ਨਹੀਂ। ਤੋ ਫਿਰ ਇਸ ਕਰਕੇ ਅਸੀਂ ਆਏ ਆ ਹੁਣ, ਉਹਦੇ ਨਾਲ ਹੀ ਛੋਟੀ ਪਾਰਕ ਹੈ ਇੱਕ ਹੋਰ, ਤੇ ਆਪਾਂ ਉਹਦੇ ਵਿੱਚ ਚੱਲਦੇ ਹਾਂ। ਮਤਲਬ ਏਰੀਆ ਇਹੀ ਆ, ਐਂਟਰੀ ਉੱਥੋਂ ਹੀ ਕਰਨੀ ਆ ਬਸ। ਇੱਦਾਂ ਇਹਨਾਂ ਨੇ ਅਲੱਗ ਅਲੱਗ ਸਲੋਟ ਟਾਈਪ ਬਣਾਏ ਹੋਏ ਆ, ਵੀ ਉਹ ਵੱਡਿਆਂ ਦਾ ਬਣਾਇਆ ਹੋਇਆ ਆ, ਇਹ ਛੋਟੇ ਬੱਚਿਆਂ ਦਾ, ਜਿਹੜਾ 6 ਮਹੀਨੇ ਦਾ, ਸਾਲ ਦਾ, 1.5 ਸਾਲ ਦਾ ਬੱਚਾ ਆ ਉਹ ਇੱਥੇ ਇੰਜੋਏ ਕਰ ਸਕਦਾ। ਅਤੇ ਤੁਹਾਨੂੰ ਹੁਣ ਇੱਥੇ ਦਿਖਾਉਂਦੇ ਹਾਂ ਆਪਾਂ, ਠੀਕ ਹੈ ਜੀ। ਸੋ ਜੀ ਇਹ ਉਹ ਜਗ੍ਹਾ ਹੈਗੀ ਆ ਜੀ ਜਿੱਥੇ ਤੁਸੀਂ ਛੋਟੇ ਬੱਚਿਆਂ ਨੂੰ ਲੈ ਕੇ ਆ ਸਕਦੇ ਹੋ। ਇਹਦਾ ਨਾਮ ਹੈਗਾ ਜੀ ਐਡਵੈਂਚਰ ਵਿਲੇਜ, ਅਤੇ ਇੱਕ ਖਾਸ ਗੱਲ ਇਹਦੀ ਇਹ ਆ ਕਿ ਟਿਕਟ ਫ੍ਰੀ ਆ, ਤੁਸੀਂ ਫ੍ਰੀ 'ਚ ਇੱਥੇ ਆਪਣੇ ਬੱਚਿਆਂ ਨੂੰ ਇੰਜੋਏ ਕਰਵਾ ਸਕਦੇ ਹੋ। ਸੋ ਇੱਥੇ ਜੀ ਤੁਸੀਂ ਆਹ ਵਾਲੀ ਗੇਮ ਖੇਡ ਸਕਦੇ ਹੋ, ਛੁੱਟੀ 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 ਚੂ। ਛੱਡਦੇ ਇਹਨੂੰ, ਇਹਨੂੰ ਇਕੱਲੇ ਨੂੰ ਛੱਡ ਉੱਥੋਂ ਇੱਕ ਵਾਰੀ। ਜੈਲੀ ਨੇ ਮੇਰੇ ਨਾਲ ਪ੍ਰੈਂਕ ਕੀਤਾ, ਪਤਾ ਕੀ ਆ ਨਾ, ਇੱਥੇ ਕਛੂਏ ਬਣਾਏ ਆ ਨਕਲੀ ਆ, ਇਹ ਪੱਥਰ ਦੇ ਬਣਾਏ ਹੋਏ ਆ, ਹਨਾ, ਮੈਂ ਤੁਹਾਨੂੰ ਉੱਦਾਂ ਦਿਖਾ। ਤੇ ਜੈਲੀ ਮੈਥੋਂ ਅੱਗੇ ਸੀ, ਉਹਨੇ ਪਹਿਲਾਂ ਹੀ ਦੇਖ ਲਿਆ ਸੀਗਾ ਇੱਥੇ ਵੀ ਇਹ ਹੈਗੀ ਆ ਚੀਜ਼ਾਂ, ਠੀਕ ਹੈ। ਮੇਰੀਆਂ ਅੱਖਾਂ ਬੰਦ ਕਰਕੇ ਲੈ ਕੇ ਆਇਆ ਕਿ ਤੈਨੂੰ ਇੱਕ ਵਧੀਆ ਜੀ ਰਾਈਡ 'ਤੇ ਬਿਠਾਉਣਾ, ਮੈਂ ਗਈ, ਮੈਂ ਪਤਾ ਨਹੀਂ ਕੀ ਆ, ਅਤੇ ਇਹਦੇ ਉੱਪਰ ਬਿਠਾ ਤਾ, ਬੜਾ ਖਰਾਬ ਹੈ। ਵੇਖੋ ਜੀ ਇਹਨਾਂ ਨੇ ਕੱਛੂ ਬਣਾਏ ਹੋਏ ਆ,
ਏਦਾਂ ਲੱਗਦਾ ਜਿੱਦਾਂ ਅਸਲੀ ਹੁੰਦੇ ਆ ਹਨਾ, ਤਾਂ ਲੱਗਦੇ ਅਸਲੀ ਆ ਬਟ ਇਹ ਨਕਲੀ ਨੇ। ਠੀਕ ਹੈ, ਨਹੀਂ ਇੱਕ ਜੈਬਰਾ ਜਿਹਾ ਖੜਾ ਕੀਤਾ ਆ। ਅਸੀਂ ਤੁਸੀਂ ਜਿਹੜੀ ਜਗ੍ਹਾ 'ਤੇ ਇਸ ਟਾਈਮ ਘੁੰਮ ਰਹੇ ਹਾਂ ਨਾ, ਇੱਥੇ ਨਾ ਇਹ ਜਿੱਦਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਇਹ ਨਾ ਇਹਨਾਂ ਨੇ ਰਹਿਣ ਦੇ ਬਣਾਏ ਹੋਏ ਆ। ਠੀਕ ਹੈ, ਪਿੱਛੇ ਸਾਰਾ ਕੁਛ ਰੱਖਿਆ ਇਹਨਾਂ ਨੇ, ਹਾਂ ਉਸ ਹਿਸਾਬ ਦਾ। ਠੀਕ ਹੈ, ਉਹ ਵੇਖ ਅੱਗੋਂ ਕਿੰਨਾ ਸੋਹਣਾ ਟਰੈਕਟਰ ਟਰਾਲੀ। ਠੀਕ ਹੈ ਜੀ, ਅਤੇ ਮੈਨੂੰ ਇੱਦਾਂ ਲੱਗ ਰਿਹਾ ਵੀ ਜਿਹੜਾ ਬੰਦਾ ਇੱਥੇ ਰਹਿੰਦਾ ਆ, ਠੀਕ ਹੈ, ਰਾਤ ਨੂੰ ਉਹ ਬਾਹਰ ਨਹੀਂ ਨਿਕਲ ਸਕਦਾ ਕਿਉਂਕਿ ਦਿਨੇ ਇੰਨੀ ਡਰਾਵਨੀ ਜਗ੍ਹਾ ਲੱਗ ਰਹੀ ਆ ਇਹ, ਬਿਲਕੁਲ ਹੀ ਸੁੰਨਾ ਸੁੰਨਾ ਜਿਹਾ ਏਰੀਆ ਆ ਅਤੇ ਨਹੀਂ ਰਹਿ ਸਕਦਾ ਕੋਈ। ਇਹ ਡਾਇਨਾਸੌਰ ਦੇਖਣਾ ਆ, ਸੋ ਜਦੋਂ ਆਪਾਂ ਐਂਟਰੀ ਕੀਤੀ ਸੀ ਆਪਾਂ ਤੁਹਾਨੂੰ ਦੱਸਿਆ ਸੀ ਵੀ ਟਿਕਟ ਫ੍ਰੀ ਆ ਐਂਟਰੀ। ਠੀਕ ਹੈ ਜੀ, ਤਾਂ ਅੰਦਰ ਆ ਕੇ ਨਾ ਇਹਦੀਆਂ ਦੋ ਜਿੱਦਾਂ ਦੋ ਪਾਰਟਸ ਬਣਾਤੇ ਆ ਉਹਨਾਂ ਨੇ, ਇੱਕ ਫ੍ਰੀ ਆ ਠੀਕ ਹੈ ਜੀ, ਅਤੇ ਦੂਜਾ ਪਾਰਟ ਆ ਜਿਹੜਾ ਉਹਦੇ ਵਿੱਚ ਤੁਹਾਨੂੰ ਪੇ ਕਰਨਾ ਪੈਣਾ ਆ, ਜਿਹਦੀ ਹੈਗੀ ਆ ਜੀ 2 ਅਡਲਟਸ ਦੀ 12 ਪਾਊਂਡ ਟਿਕਟ, 12 ਪਾਊਂਡ ਈਚ ਯਾਨੀ 24 ਪਾਊਂਡ। ਓਕੇ ਜੀ, ਸੋ ਆਪਾਂ ਜਿਹੜੀ ਆ ਟਿਕਟ ਲਈ ਆ ਨਾ ਜੀ 12 ਪਾਊਂਡ ਦੀ, ਇਹਦੇ ਵਿੱਚ ਸਾਰਾ ਕੁਛ ਇਨਕਲੂਡ ਆ। ਅੰਦਰ ਆ ਕੇ ਕਾਫੀ ਸਾਰੀ ਰਾਈਡਾਂ ਨੇ, ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਜਿੰਨੀਆਂ ਵੀ ਰਾਈਡਾਂ ਨੇ, ਬਾਕੀ ਸਭ ਫ੍ਰੀ ਆ, ਤੁਸੀਂ ਉਹਨਾਂ ਦੇ ਵਿੱਚ ਹੀ ਸਾਰਾ ਕੁਛ ਇੰਜੋਏ ਕਰ ਸਕਦੇ ਹੋ। ਅਤੇ ਇੱਥੇ ਰਾਈਡਾਂ ਕਾਫੀਆਂ ਨੇ, ਟਰਾਈ ਕਰਦੀਆਂ ਕਿ ਤੁਹਾਨੂੰ ਸਾਰਾ ਕੁਛ ਦਿਖਾਵਾਂ। ਰਾਈਡ ਲੈਣ ਲਈ ਗਏ ਨੇ ਅਗਮ ਅਤੇ ਉਹਦੇ ਡੈਡੀ, ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ। ਬਾਈ ਸਾਹਿਬ ਹੁਣ ਤੇ ਮੈਨੂੰ ਦੇਖਣਾ ਵੀ ਬੰਦ ਹੋ ਗਿਆ। ਲਓ ਜੀ, ਤੇ ਹੁਣ ਵਾਪਸ ਆਉਣ ਲੱਗੇ ਆ ਥੱਲੇ, ਪਹਿਲਾਂ ਉੱਪਰ ਗਈ ਆ ਇਹ ਰਾਈਡ।
ਜੀ ਹੁਣ ਥੱਲੇ ਆਉਣ ਲੱਗੇ ਨੇ। ਮੇਰਾ ਬੱਚਾ ਗਾਇਸ, ਆ ਜਿਹੜੀ ਰਾਈਡ ਹੁਣ ਜੈਲੀ ਨੇ ਤੇ ਅਗਮ ਨੇ ਲਿੱਤੀ ਆ, ਇਹਦੇ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗੀ ਵੀ ਇਹ ਨਾ ਬਿਲਕੁਲ ਸੇਫ ਆ। ਤੁਹਾਡੇ ਕੋਲ ਭਾਵੇਂ 6 ਮਹੀਨੇ ਦਾ ਬੱਚਾ ਹੈ, ਭਾਵੇਂ ਸਾਲ ਦਾ ਬੱਚਾ ਹੈ, ਤੁਸੀਂ ਆਰਾਮ ਨਾਲ ਇਹ ਰਾਈਡ ਇੰਜੋਏ ਕਰ ਸਕਦੇ ਹੋ। ਇਹ ਅੰਦਰ ਬਿਠਾ ਦਿੰਦੇ ਆ, ਬਾਹਰ ਇੱਥੇ ਨਾ ਪ੍ਰੋਪਰ ਕਵਰ ਕੀਤਾ ਗਿਆ ਆ, ਜਿਹੜੀ ਲੋਹੇ ਦੀ ਜਾਲੀ ਲੱਗੀ ਹੋਈ ਆ, ਜਿਹਦੇ ਕਰਕੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਤੇ ਬਹੁਤ ਸੇਫ ਆ, ਹੈ ਕਿ ਨਹੀਂ? ਹਾਂ, ਸੋ ਕਿੱਦਾਂ ਦਾ ਲੱਗਾ ਤੁਹਾਨੂੰ ਦੱਸੋ ਜੀ? ਚੱਲ ਬਸ ਬਸ, ਹੁਣ ਆਪਾਂ ਤੁਹਾਨੂੰ ਦਿਖਾਨੇ ਆ ਜੀ ਰੈਪੀਟਲ ਹਾਊਸ। ਵੇਖੋ ਏਦਾਂ ਲੱਗਦਾ ਜਿਦਾਂ ਅਸਲੀ ਆ, ਹਨਾ ਪਟਨਾ। ਇਹ ਹੈਗੀਆਂ ਜੀ ਛੋਟੇ ਬੱਚਿਆਂ ਦੀ ਰਾਈਡ ਆ। ਇਹ ਖਰਗੋਸ਼ ਆ, ਉਹ ਵੀ ਅਸਲੀ। ਪਹਿਲੀ ਚੀਜ਼ ਆ ਜਿਹੜੀ ਆਪਾਂ ਨੂੰ ਇੱਥੇ ਅਸਲੀ ਦਿਖੀ ਆ। ਦੇਖ ਲਿਆ ਮੈਂ, ਦੇਖੋ ਜੀ ਖਰਗੋਸ਼ ਤੇ ਖਰਗੋਸ਼ ਦਾ ਬੱਚਾ। ਹਾਂ, ਉਹ ਚਿੱਟਾ ਖਰਗੋਸ਼। ਬੱਕਰੀਆਂ, ਭੇਡ ਬੱਕਰੀਆਂ, ਸਿੰਘ ਵੀ ਕਿੱਡੇ ਵੱਡੇ ਵੱਡੇ। ਇੱਧਰ ਭੇਡਾਂ ਬਣਾਈਆਂ ਨੇ, ਬਣਾਈਆਂ ਨੀ ਮਤਲਬ ਅਸਲੀ ਨੇ ਆ। ਕੀ ਚਾਹੀਦਾ ਤੁਹਾਨੂੰ? ਕਲਿੱਪ ਲਾਏ ਹੋਏ ਆ ਤੁਸੀਂ ਤੇ?
ਇੱਥੇ ਇਹਨਾਂ ਨੇ ਆ ਕੀ ਹੋਇਆ ਇੱਕ ਛੋਟਾ ਜਿਹਾ ਰੈਸਟੋਰੈਂਟ ਆ ਜਿੱਥੋਂ ਤੁਸੀਂ ਭੁੱਖ ਲੱਗੀ ਤਾਂ ਖਾ ਸਕਦੇ ਹੋ, ਸਾਨੂੰ ਲੱਗੇ ਸੀ ਤਾਂ ਅਸੀਂ ਚਿਪਸ ਲਏ ਆ। ਸੋ ਆਪਾਂ ਐਡਵੈਂਚਰ ਵਿਲੇਜ ਤੋਂ ਹੁਣ ਬਾਹਰ ਨਿਕਲ ਗਏ ਹਾਂ, ਹੁਣ ਆਪਾਂ ਚੱਲਦੇ ਹਾਂ ਇਸੇ ਪਾਰਕ ਦੇ ਤੀਸਰੇ ਪਾਰਟ ਨੂੰ ਦੇਖਣ, ਕਿਉਂਕਿ ਪਾਰਕ ਇੱਕ ਆ, ਪਾਰਟਸ ਕਾਫੀ ਬਣਾਏ ਗਏ ਆ। ਹਾਂ, ਤੁਰਨਾ ਪੈਂਦਾ ਆ, ਦੂਰ ਦੂਰ ਲੱਗ ਜਾਂਦੇ ਇੱਕ ਪਾਰਕ ਤੋਂ ਦੂਜੀ ਪਾਰਕ ਨੂੰ ਜਾਂਦੇ ਜਾਂਦੇ। ਆਪਣੀ ਗੱਡੀ ਤੋਂ ਹਟਾ ਕੇ ਜਿਹੜੀ ਜਗ੍ਹਾ ਜਾਣਾ ਉੱਥੇ ਲਾਣੀ ਪੈਣੀ ਹੈ। ਲਾਈ ਸੀ ਹੈਗੀ ਹੈ ਆਪਣੀ ਗੱਡੀ ਕੈਥਲਟੇਲ ਪਾਰਕਿੰਗ, ਬਸ ਟੁਰਨਾ ਬਹੁਤ ਪੈਂਦਾ ਆ। ਹੁਣ ਇਸ ਸਾਈਡ ਕੋਈ ਲੇਕ ਆ ਅਤੇ ਅਸੀਂ ਲੇਕ ਦੇਖਣ ਜਾ ਰਹੇ ਹਾਂ। ਹੁਣ ਜਿਹੜਾ ਅਸੀਂ ਦੇਖ ਕੇ ਆਇਆ ਉਹ ਤਾਂ ਸਾਰਾ ਕੁਛ ਬੱਚਿਆਂ ਦਾ ਹੀ ਸੀਗਾ, ਉਹ ਵੀ ਛੋਟੇ ਬੱਚੇ ਜੇ ਇੰਟਰਸਟਿਡ ਹੁੰਦੇ ਆ। ਜ਼ਿਆਦਾਤਰ ਉਹ ਐਨੀਮਲ ਪਾਰਕ ਟਾਈਪ ਸੀਗਾ, ਹੈ ਨਾ, ਮੇਨਸ ਨਾਮ ਤਾਂ ਉਹਦਾ ਡਾਇਨਾਸੋਰ ਪਾਰਕ ਹੈ। ਅਤੇ ਅੱਗੇ ਕਾਫੀ ਕੁਛ ਚੀਜ਼ਾਂ ਹੈਗੀਆਂ ਨੇ ਦੇਖਣ ਨੂੰ। ਸੋ ਆਪਾਂ ਇਸ ਵਲੋਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ, ਅਤੇ ਆਪਾਂ ਇਸ ਦੇ ਦੂਜੇ ਵਲੋਗ ਵਿੱਚ ਤੁਹਾਨੂੰ ਮਿਲਦੇ ਹਾਂ। ਇਸੇ ਪਾਰਕ ਦਾ ਆਪਣਾ ਦੂਸਰਾ ਵਲੋਗ ਵੀ ਆਏਗਾ, ਤਾਂ ਪਲੀਜ਼ ਸਾਰੇ ਜਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ, ਅਤੇ ਮਿਲਦੇ ਹਾਂ ਆਪਾਂ ਤੁਹਾਨੂੰ ਪਾਰਟ 2 ਵਿਲਨ ਲੇਕ। ਥੈਂਕ ਯੂ।